ਅਸੀਂ ਸੁਲਤਾਨਪੁਰੀ ਵਿੱਚ ਰਹਿੰਦੇ ਸੀ, ਸੁਲਤਾਨਪੁਰੀ ਵਿੱਚ ਆਏ ਸੀ। ਪੂਰੀ ਗਲੀ ਵਿੱਚ ਸਾਰਿਆਂ ਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਨੂੰ ਮਾਰ ਦਿੱਤਾ ਸੀ। ਮੇਰਾ ਘਰਵਾਲਾ ਮਾਰਾ ਸੀ, ਹੈ ਨਾ, ਤੋ ਸਾਹਮਣੇ ਹੀ ਮਾਰਿਆ, ਤੋ ਮਾਹੌਲ ਕਿਸ ਤਰ੍ਹਾਂ ਦਾ ਹੋਏਗਾ? ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਜਾਂਦੇ ਹਾਂ ਔਰ ਉਹ ਸਿਕੰਜੇ 'ਚ ਫਸਦੇ ਹੈ, ਫਿਰ ਉਹ ਸਾਡੇ ਖਿਲਾਫ ਮਤਲਬ ਸਾਜਿਸ਼ ਰਚ ਕੇ, ਮਤਲਬ ਝੂਠੀਆਂ ਅਫਵਾਹਾਂ ਫੈਲਾ ਕੇ, ਮਤਲਬ ਪੂਰੀ ਪਲਾਨਿੰਗ ਦੇ ਨਾਲ ਲੋਕਾਂ ਨੂੰ ਪੈਸੇ ਦੇ ਕੇ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਜਾਂਦੇ ਹਾਂ ਔਰ ਉਹ ਸਿਕੰਜੇ 'ਚ ਫਸਦੇ ਹੈ, ਫਿਰ ਉਹ ਸਾਡੇ ਖਿਲਾਫ ਮਤਲਬ ਸਾਜਿਸ਼ ਰਚ ਕੇ, ਮਤਲਬ ਝੂਠੀਆਂ ਅਫਵਾਹਾਂ ਫੈਲਾ ਕੇ, ਮਤਲਬ ਪੂਰੀ ਪਲਾਨਿੰਗ ਦੇ ਨਾਲ ਲੋਕਾਂ ਨੂੰ ਪੈਸੇ ਦੇ ਕੇ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਔਰ ਕੋਰਟ ਵਿੱਚ ਸਟੇਟ ਵਰਸਿਸ ਜਿਹੜੇ CBI ਵਰਸਿਸ ਜਾਂ ਸਟੇਟ ਵਰਸਿਸ ਕੇਸ ਸੀ, ਉਹ ਸਰਕਾਰ ਦੇ ਵਕੀਲ ਸੀ, ਸਰਕਾਰ ਉਹਨਾਂ ਦੀ ਸੀਗੀ, ਨਿਆਏ ਕਿੱਥੋਂ ਮਿਲਣਾ ਸੀਗਾ? ਮਾਰਨ ਵਾਲੇ ਵੀ ਉਹੀ, ਬਚਾਉਣ ਵਾਲੇ ਵੀ ਉਹੀ, ਉਹਨਾਂ ਨੂੰ ਕਿੱਥੋਂ ਨਿਆਏ ਮਿਲਣਾ ਸੀਗਾ? ਵਕੀਲ ਸਾਡਾ ਕੋਈ ਹੈ ਨਹੀਂ ਸੀ। ਨਵੰਬਰ 1984 ਦੀ ਯਾਦ ਇੱਕ ਵਾਰ ਫਿਰ ਤਾਜ਼ਾ ਹੋ ਗਈ ਹੈ। ਨਵੰਬਰ ਦਾ ਮਹੀਨਾ ਚੱਲ ਰਿਹਾ, ਸਿੱਖਾਂ ਦੇ ਮਨਾਂ ਵਿੱਚ ਕਾਫੀ ਦਰਦ ਹੈ, ਨਸਲਕੁਸ਼ੀ ਜਿਹੜੀ ਹੈ ਦੇਸ਼ ਭਰ ਦੇ ਵਿੱਚ ਸਿੱਖਾਂ ਦੀ ਹੋਈ। ਦਿੱਲੀ ਦੇ ਵਿੱਚ ਇੰਨਾ ਦੁਖਾਂਤ ਵਾਪਰਿਆ, ਸਿੱਖਾਂ ਨੂੰ ਸੜਕਾਂ ਦੇ ਉੱਤੇ ਭਜਾ ਭਜਾ ਕੇ ਗਲੇ 'ਚ ਟਾਇਰ ਪਾ ਕੇ ਅੱਗ ਲਾਈ ਗਈ। ਲੋਕ ਅੱਜ ਵੀ ਇਹਨੂੰ ਕਹਿੰਦੇ ਨੇ ਦੰਗਾ, ਦੰਗਾ ਨਹੀਂ ਹੈ, ਇਹ ਸਾਫ਼ ਜਿਹੜੀ ਹੈ ਸਿੱਖਾਂ ਦੀ ਨਸਲਕੁਸ਼ੀ ਹੈ। ਦਰਦ ਬਿਆਨ ਕਰਨ ਲਈ ਸਾਡੇ ਨਾਲ ਲੋਕ ਮੌਜੂਦ ਹੈਗੇ ਨੇ ਦਿੱਲੀ ਦੇ ਵਿੱਚ, ਸਿੱਖ ਆਤਮਾ ਸਿੰਘ ਲੁਬਾਣਾ ਜੀ ਵੀ ਹੈਗੇ ਨੇ, ਇਹਨਾਂ ਦੇ ਨਾਲ ਵੀ ਦੁਖਾਂਤ ਵਾਪਰਿਆ। ਨਾਲ ਮਾਤਾ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਮਾਤਾ ਜੀ, 1984 ਦੇ ਵਿੱਚ ਕੀ ਮਾਹੌਲ ਸੀਗਾ ਉਸ ਸਮੇਂ ਦਾ? ਮੰਨਦੇ ਹਾਂ ਜਦੋਂ ਮੀਡੀਆ ਵਾਲੇ ਆਉਂਦੇ ਨੇ, ਦੁੱਖ ਜਿਹੜਾ ਹੈ ਫਿਰ ਤਾਜ਼ਾ ਹੋ ਜਾਂਦਾ ਹੈ, ਅੱਖਾਂ ਨਮ ਹੋ ਜਾਂਦੀਆਂ ਨੇ, ਪਰ ਮਜਬੂਰੀ ਹੈ ਸਾਡੇ ਵੀ ਪੁੱਛਣਾ ਕੀ ਮਾਹੌਲ ਜਿਹੜਾ ਉਸ ਸਮੇਂ ਬਣਿਆ, ਤੁਸੀਂ ਦਿੱਲੀ ਦੇ ਵਿੱਚ ਦੇਖਿਆ, ਕੀ ਦੁਖਾਂਤ ਹੋਇਆ? ਅਸੀਂ ਸੁਲਤਾਨਪੁਰੀ ਵਿੱਚ ਰਹਿੰਦੇ ਸੀ, ਸੁਲਤਾਨਪੁਰੀ ਵਿੱਚ ਆਏ ਸੀ। ਪੂਰੀ ਗਲੀ ਵਿੱਚ ਸਾਰਿਆਂ ਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਨੂੰ ਮਾਰ ਦਿੱਤਾ ਸੀ। ਮੇਰਾ ਘਰਵਾਲਾ ਮਾਰਾ ਸੀ, ਹੈ ਨਾ, ਤੋ ਸਾਹਮਣੇ ਹੀ ਮਾਰਿਆ, ਤੋ ਮਾਹੌਲ ਕਿਸ ਤਰ੍ਹਾਂ ਦਾ ਹੋਏਗਾ? ਹਜ਼ਾਰਾਂ ਦੀ ਗਿਣਤੀ ਵਿੱਚ ਆਏ ਸੀ, ਉਹਨਾਂ ਨੂੰ ਮਾਰ ਗਏ। ਔਰ ਪੜੋਸੀ ਵੀ ਥੇ, 5-7 ਪੜੋਸੀਆਂ ਦਾ ਵੀ ਨਾਮ ਦਿੱਤਾ ਸੀ, ਪ੍ਰੇਮ ਸੀ ਔਰ ਡੈਨੀ ਸੀ, ਰਾਜੂ ਸੀ, ਪੱਪੂ ਥਾ ਔਰ ਇੱਕਾ ਦੋ ਹੋਰ ਨਾਮ ਸੀ, ਭੁੱਲ ਗਈ ਹੂੰ ਮੈਂ। ਤੁਹਾਡੇ ਪਰਿਵਾਰ 'ਚੋਂ ਵੀ ਕਿਸੇ ਨੂੰ ਮਾਰਿਆ ਗਿਆ? ਸਾਡੇ ਪਰਿਵਾਰ ਨੂੰ ਸੁਲਤਾਨਪੁਰੀ ਵਿੱਚ ਮੇਰੇ ਜੇਠ ਨੂੰ ਮਾਰਿਆ, ਜੇਠ ਦੇ ਮੁੰਡੇ ਨੂੰ ਮਾਰਿਆ, ਮੇਰੇ ਘਰਵਾਲੇ ਨੂੰ ਮਾਰਿਆ, ਮੇਰੇ ਨੰਦ ਦੇ ਮੁੰਡੇ ਨੂੰ ਮਾਰਿਆ, ਮੇਰੇ ਮਾਮਾ ਸੁਸਰ ਨੂੰ ਮਾਰਿਆ। ਕੋਈ 20-25 ਬੰਦੇ ਮਾਰੇ ਗਏ ਸਾਡੇ ਨੰਦ ਦੇ ਸੁਸਰ ਮੁੰਡੇ ਪਿਓ, ਹੈ ਨਾ, ਦੇਵਰ ਜੇਠ ਦੇ ਆਪਣੇ ਇੱਕ ਨੂੰਹ ਵੀ ਮਾਰੀ ਗਈ, ਮੁੰਡਾ ਮਾਰਾ ਗਿਆ ਸਾਰਾ। ਦਿੱਲੀ ਦੇ ਵਿੱਚ ਜਦੋਂ ਇਹ ਮਾਹੌਲ ਇੰਨਾ ਵਧਿਆ, ਲੋਕ ਆਏ ਸਿੱਖਾਂ ਨੂੰ ਮਾਰਨ ਵਾਸਤੇ, ਤੁਸੀਂ ਉਸ ਵਕਤ ਕਿੱਥੇ ਸੀਗੇ? ਤੁਹਾਡੇ ਨਾਲ ਪਰਿਵਾਰ ਦਾ ਕੋਈ ਜੀ ਸੀ ਜਿਨ੍ਹਾਂ ਨੇ ਆਪਣੀ ਵੀ ਜਾਨ ਬਚਾਈ ਔਰ ਤੁਹਾਡੀ ਵੀ ਜਾਨ ਬਚਾਈ? ਸੁਲਤਾਨਪੁਰੀ ਵਿੱਚ ਇੱਕ ਬੰਗਾਲੀ ਸੀ, ਉਸਨੇ ਜਾਨ ਬਚਾਈ ਔਰ ਦੂਜੇ ਬੱਚੇ ਇੱਧਰ ਉੱਧਰ, ਮੁੰਡਾ ਸੀ ਬੜੀ, ਉਸਨੇ ਸਲਵਾਰ ਕੁੜਤਾ ਪੜਾਇਆ ਪੜੋਸੀ ਨੇ, ਉਹ ਬੱਚੇ ਪੜੋਸੀਓ ਨੇ ਹੀ ਬਚਾਇਆ, ਹੈ ਨਾ। ਉਹ ਕੁੜੀਆਂ ਸੀ, ਛੋਟੇ ਛੋਟੇ ਬੱਚੇ ਸੀ, ਸੋ ਕੋਈ ਇੱਕਾਧ ਕਿਸੇ ਦੇ ਘਰ ਵਿੱਚ, ਇੱਕਾਧ ਕਿਸੇ ਦੇ ਘਰ ਵਿੱਚ ਬਚ ਗਏ, ਅਸੀਂ ਤਾਂ ਬਾਹਰ ਹੀ ਬੈਠੇ ਰਹੇ। ਕੀ ਕਰੀਏ, ਇੰਨੇ ਸਾਲ ਹੋ ਗਏ ਨੇ, ਸੱਜਣ ਕੁਮਾਰ ਅੰਦਰ ਹੈ, ਕਮਲਨਾਥ ਹਲੇ ਬਾਹਰ ਹੈ, ਉਹਨੂੰ ਵਜ਼ੀਰੀਆਂ ਦਿੱਤੀਆਂ ਹੋਈਆਂ ਨੇ, ਲੜਾਈ ਇੰਨੀ ਲੰਬੀ ਚੱਲ ਰਹੀ ਹੈ, ਕਾਫੀ ਸਾਲ ਹੋ ਚੁੱਕੇ ਨੇ, 1984 ਨੂੰ ਲਗਭਗ 35-36 ਸਾਲ ਹੋ ਚੁੱਕੇ ਨੇ, ਇਨਸਾਫ ਜਿਹੜਾ ਪੂਰੀ ਤਰੀਕੇ ਨਾਲ ਹਲੇ ਨਹੀਂ ਮਿਲਿਆ ਹੀ ਨਹੀਂ ਨਹੀਂ ਮਿਲਿਆ। ਆਤਮਾ ਸਿੰਘ ਨੇ ਲੜਾਈ ਲੜ ਲੜ ਕੇ ਅਸੀਂ ਵੀ ਜਾ ਕੇ ਇੱਕ ਸੱਜਣ ਕੁਮਾਰ ਨੂੰ ਪਤਾ ਨਹੀਂ ਕਿਸ ਤਰ੍ਹਾਂ ਸਜ਼ਾ ਦਿੱਤੀ ਹੈ। ਉਹ ਵੀ ਪਿੱਛੇ ਰੋਜ਼ ਧਰਨਾ ਦੇ ਕੇ ਹੈ, ਉਹ ਕਰਕੇ ਕਰਦਾ ਕੰਮ ਆਤਮਾ ਹੈ, ਨਾਮ ਦੂਜਿਆਂ ਦਾ ਹੋ ਜਾਂਦਾ ਹੈ। ਦੂਜੇ ਕਿਹੜੇ ਨੇ? ਦੂਜੇ ਵੀ ਬਹੁਤ ਹੈ, ਇੱਧਰ ਦੇ ਹੀ ਹੈ, ਪੜੋਸੀ ਹੀ ਹੈ, ਜੋ ਇਸ ਦੇ ਨਾਲ ਚੱਲਦੇ ਇਸੀ ਨੂੰ ਫਿਰ ਇਹ ਕਰ ਦਿੱਤੇ, ਪਿੱਛੇ ਕਰ ਦਿੱਤੇ, ਆਪ ਅੱਗੇ ਹੋ ਜਾਂਦੇ। ਜੋ ਤੁਸੀਂ ਲੜਾਈ ਕਹਿੰਦੇ ਹੋ, ਆਤਮਾ ਸਿੰਘ ਲੁਬਾਣਾ ਜੀ ਨਹੀਂ ਹੈ, ਤੁਹਾਡੇ ਨਾਲ ਸਾਰਿਆਂ ਨਾਲ ਮਿਲ ਕੇ ਲੜੀ ਹੈ? ਹਾਂ, ਸਾਰਿਆਂ ਨੇ ਮਿਲ ਕੇ ਲੜੀ ਹੈ, ਪਰ ਇਹ ਬੰਦਾ ਪੂਰੇ ਤਿਲਕ ਵਿਹਾਰ ਦੇ ਨਾਲ ਮਿਲ ਕੇ ਚੱਲਿਆ ਹੈ। ਹਾਲੀ ਤਬੀਅਤ ਖਰਾਬ ਹੈ, ਆਪਰੇਸ਼ਨ ਹੋਇਆ ਹੋਇਆ ਹੈ, ਤੋ ਵੀ 84 ਦੀ ਗੱਲ ਕਰ ਰਿਹਾ ਹੈ। ਅਸੀਂ ਤਾਂ ਚਾਹੁੰਦੇ ਜੋ ਹੈ ਉਹਨਾਂ ਨੂੰ ਵੀ ਸਜ਼ਾ ਮਿਲੇ, ਤਾਂ ਸ਼ਾਂਤੀ ਮਿਲੇਗੀ। ਤੁਸੀਂ ਦੇਖ ਰਹੇ ਹੋ ਲਗਾਤਾਰ ਜੋ ਹੈ ਲੋਕਾਂ ਦੀ ਇਹੀ ਅਪੀਲ ਹੈ, ਦਰਦ ਇੱਕ ਵਾਰ ਫਿਰ ਸਾਹਮਣੇ ਹੈ, ਸਜ਼ਾ ਦੀ ਮੰਗ ਲਗਾਤਾਰ ਵੱਧ ਰਹੀ ਹੈ। ਆਤਮਾ ਸਿੰਘ ਲੁਬਾਣਾ ਜੀ ਵੀ ਸਾਡਾ ਮੌਜੂਦ ਹੈਗੇ ਨੇ, ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਲੜਾਈ ਲੜੀ ਹੈ। ਸੱਜਣ ਕੁਮਾਰ ਅੱਜ ਅੰਦਰ ਹੈ, ਕਮਲਨਾਥ ਦੀ ਵਾਰੀ ਜਿਹੜੀ ਹੈ ਕਹਿ ਰਹੇ ਨੇ ਨੇੜੇ ਹੀ ਹੈ, ਇਨਸਾਫ ਜਿਹੜਾ ਹਾਲੇ ਪੂਰੀ ਤਰੀਕੇ ਨਾਲ ਨਹੀਂ ਮਿਲਿਆ। ਲੁਬਾਣਾ ਜੀ ਨਾਲ ਗੱਲ ਕਰ ਲੈਂਦੇ ਹਾਂ, ਲੁਬਾਣਾ ਜੀ ਤਾਂ ਮਾਤਾ ਜੀ ਵੀ ਦੱਸ ਰਹੇ ਨੇ ਦੁਖਾਂਤ ਜਿਹੜਾ ਸੀਗਾ ਵਾਪਰਿਆ, ਤੁਸੀਂ ਲੰਬੀ ਲੜਾਈ ਲੜੀ ਹੈ, ਕਿਸ ਤਰ੍ਹਾਂ ਦੀਆਂ ਔਂਕੜਾਂ ਵੀ ਆਈਆਂ ਹੋਣੀਆਂ ਜਦ ਉਸ ਸਮੇਂ ਕਤਲੇਆਮ ਇੰਨਾ ਹੋਇਆ,
ਸਰਕਾਰ ਦੀ ਪੂਰੀ ਸ਼ਹਿ ਸੀ, ਪੁਲਿਸ ਉਹਨਾਂ ਦੇ ਨਾਲ ਸੀ, ਅਤੇ ਜਦੋਂ ਤੱਕ ਤੁਸੀਂ ਲੰਬੀ ਲੜਾਈ ਲੜਦੇ ਰਹੋ ਕੋਈ ਔਂਕੜਾਂ ਆਈਆਂ, ਕਿਸ ਤਰ੍ਹਾਂ ਦਾ ਮਾਹੌਲ ਬਣਿਆ, ਕੀ ਸੀਗਾ? ਦੇਖੋ ਜੀ, ਅਸੀਂ ਜਿਸ ਟਾਈਮ ਵੀ ਇਹਨਾਂ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਨ ਜਾਂਦੇ ਹਾਂ ਔਰ ਉਹ ਸਿਕੰਜੇ 'ਚ ਫਸਦੇ ਹੈ, ਫਿਰ ਉਹ ਸਾਡੇ ਖਿਲਾਫ਼ ਮਤਲਬ ਸਾਜਿਸ਼ ਰਚ ਕੇ, ਮਤਲਬ ਝੂਠੀਆਂ ਅਫਵਾਹਾਂ ਫੈਲਾ ਕੇ, ਮਤਲਬ ਪੂਰੀ ਪਲਾਨਿੰਗ ਦੇ ਨਾਲ ਲੋਕਾਂ ਨੂੰ ਪੈਸੇ ਦੇ ਕੇ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ। ਉਹਨਾਂ ਨੂੰ ਪਤਾ ਹੈ ਕਿ ਆਤਮਾ ਸਿੰਘ ਅਗਰ ਇਹ ਲੜਾਈ ਲੜੇਗਾ ਔਰ ਅਸੀਂ ਬਚ ਨਹੀਂ ਸਕਦੇ। ਟਾਈਟਲਰ ਸੱਜਣ ਕੁਮਾਰ ਭਗਤ ਹੋਏ, ਕਮਲਨਾਥ ਹੋਏ, ਮੈਂ ਪੂਰੀ ਸਾਡੇ ਬੜੇ ਹਾਇਰ ਲੋਕਾਂ ਨੇ ਐਫੀਡੇਵਿਟ ਲਿਖੇ, ਤੁਸੀਂ ਹੈਰਾਨ ਹੋ ਗਏ, ਟੋਟਲ ਐਫੀਡੇਵਿਟ ਮੈਂ 27 ਐਫੀਡੇਵਿਟ ਸਿਰਫ ਦਰਜ ਕੀਤੇ ਔਰ 27 ਐਫੀਡੇਵਿਟ 'ਚ ਸੱਜਣ ਕੁਮਾਰ ਸੀ, ਉਹਦੇ 'ਚ ਭਗਤ ਸੀਗਾ, ਉਹਦੇ 'ਚ ਟਾਈਟਲਰ ਸੀ, ਉਹਦੇ 'ਚ ਕਮਲਨਾਥ ਸੀ। ਮੇਰੇ ਆਪਣੇ ਹੱਥ ਦੇ ਲਿਖੇ ਹੋਏ ਐਫੀਡੇਵਿਟ ML ਜੈਨ AK ਬਨਰਜੀ ਕਮੇਟੀ 'ਚ ਅਸੀਂ ਜਮ੍ਹਾਂ ਕਰਾਏ ਔਰ ਪਿਛਲੇ ਜਿਹੜੇ ਸਾਡੇ ਹੋਰ ਆਗੂ ਸੀਗੇ ਉਹਨਾਂ ਨੇ 10-10 ਪੇਜ ਦੇ ਐਫੀਡੇਵਿਟ ਲਿਖ ਕੇ ਕਨਫਿਊਜ਼ ਕੀਤਾ। ਮੈਂ 1 ਪੇਜ ਦਾ ਐਫੀਡੇਵਿਟ ਬਣਾ ਕੇ ਉਹ ਜਮ੍ਹਾਂ ਕਰਾਇਆ, ਜਿਹੜੀ ਤੁਸੀਂ ਦੇਖਦੇ ਹੋ ਕਿ ਅਸੀਂ ਪਟਿਆਲਾ ਹਾਊਸ 'ਚ ਜਿਹੜੇ ਕ੍ਰੋਸ ਕਰਾਏ ਨੇ ਉਹਨਾਂ ਦਾ 1 ਪੇਜ ਦਾ ਐਫੀਡੇਵਿਟ, ਜੋਗਿੰਦਰ ਸਿੰਘ ਦਾ ਹੋ ਗਿਆ 1 ਪੇਜ ਦਾ ਐਫੀਡੇਵਿਟ, ਚਾਮਕੌਰ ਦਾ ਹੋ ਗਿਆ 1 ਪੇਜ ਦਾ ਐਫੀਡੇਵਿਟ, ਸ਼ੀਲਾ ਕੌਰ ਦਾ ਹੋ ਗਿਆ 1 ਪੇਜ ਦਾ ਐਫੀਡੇਵਿਟ, ਇਸੇ ਤਰ੍ਹਾਂ ਪ੍ਰੇਮ ਕੌਰ ਦਾ ਹੋ ਗਿਆ 1 ਪੇਜ ਦਾ, ਇਸੇ ਤਰ੍ਹਾਂ ਹੀ ਹੋਰ ਸਾਰੇ ਗਵਾਹ ਜਿਹੜੇ ਨੇ ਉਹਨਾਂ ਦੇ ਮਤਲਬ ਛੋਟੇ ਛੋਟੇ ਬਿਆਨ ਕਰਾ ਕੇ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਜੇਲ੍ਹ ਪਹੁੰਚਾਉਣ ਦੇ ਵਾਸਤੇ, ਔਰ ਕ੍ਰੋਸ ਵੀ ਅਸੀਂ ਬੜਾ ਠੋਕ ਵਜਾ ਕੇ ਕੀਤਾ ਹੈਗਾ। ਉਮੀਦ ਹੈ ਕਿ ਇਸ ਸੱਜਣ ਕੁਮਾਰ ਸੁਲਤਾਨਪੁਰੀ ਦੇ 3 ਕੇਸਾਂ ਵਿੱਚ ਇਹਨੂੰ ਫਾਂਸੀ ਦੀ ਸਜ਼ਾ ਹੋਊਗੀ ਕੋਈ ਦੁਨੀਆ ਦੀ ਤਾਕਤ, ਕਿਉਂਕਿ ਮੈਨੂੰ ਪਤਾ ਹੈ ਮੈਂ ਤਾਂ ਜ਼ਮੀਨੀ ਕੰਮ ਕੀਤਾ ਹੈ। ਸਾਰੇ ਲੋਕ ਕਹਿੰਦੇ ਨੇ ਅਸੀਂ ਕੀਤਾ, ਲੋਕਾਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ, ਅਸੀਂ ਨਹੀਂ ਕਹਿੰਦੇ। ਘਰ ਬੈਠੇ ਵੀ ਉਹਨਾਂ ਨੇ ਸਾਡੇ ਨਾਰੇ 'ਚ ਨਾਰਾ ਲਗਾਇਆ, ਆ ਮਾਰਿਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਲੇਕਿਨ ਤੁਸੀਂ ਦੇਖਿਆ ਹੋਵੇਗਾ ਜਦੋਂ ਸ਼ਹਿਰਾਵਤ ਔਰ ਨਰੇਸ਼ ਸ਼ਹਿਰਾਵਤ ਔਰ ਯਸ਼ਪਾਲ ਸ਼ਰਮਾ ਨੂੰ ਜਿਸ ਦਿਨ ਦੋਸ਼ੀ ਕਰਾਰ ਦਿੱਤਾ ਗਿਆ, ਉਸ ਦਿਨ ਕੋਰਟ ਵਿੱਚ ਮੇਰੇ ਨਾਲ ਮਨਜਿੰਦਰ ਸਿਰਸਾ ਵੀ ਮੌਜੂਦ ਸੀ, ਮੇਰੇ ਨਾਲ ਸਾਡੀ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਸੀ। ਜਦੋਂ ਉਹਨਾਂ ਨੇ ਟੌਂਟ ਕੱਸਿਆ ਸੀ ਸਾਡੇ ਉੱਤੇ, ਅਤੇ ਪ੍ਰਧਾਨ ਸਾਹਿਬ ਨੇ ਉਹਨੂੰ ਦੋਵਾਂ ਨੂੰ ਚਪੇਟ ਮਾਰੀ ਸੀ ਔਰ ਸਾਡੀ ਪੁਲਿਸ ਦੇ ਨਾਲ ਜਿਹੜਾ ਹੈਗਾ ਮੁੱਠਭੇੜ ਹੋਈ, ਉਹਨਾਂ ਦੇ ਜਿਹੜੇ ਗੁੰਡੇ ਸੀਗੇ ਉਹਨਾਂ ਦੇ ਨਾਲ ਮੁਕਾਬਲਾ ਹੋਇਆ। 1 ਘੰਟਾ ਲਗਾਤਾਰ ਕੋਰਟ ਦੇ ਬਾਹਰ ਮਤਲਬ ਇੰਨਾ ਹੰਗਾਮਾ ਉਹਦਾ ਹੁੰਦਾ ਰਿਹਾ, ਸਾਰੀ ਪਟਿਆਲਾ ਕੋਰਟ ਪੁਲਿਸ ਸਾਰੀ ਇਹ ਦੇਖਦੀ ਰਹੀ ਔਰ ਉਸਨੂੰ ਜਦੋਂ ਇਹਨਾਂ ਨੂੰ ਸਜ਼ਾ ਦਿੱਤੀ ਔਰ ਉਹ ਤੁਸੀਂ ਵੀਡੀਓ 1 ਚੱਲੀ ਸੀ ਜਦੋਂ ਪੁਲਿਸ ਸਾਡੇ 'ਤੇ ਧੱਕਾ ਮਾਰ ਕੇ ਸਾਨੂੰ ਸਾਡੇ ਉੱਤੇ ਅਟੈਕ ਕਰ ਰਹੀ ਹੈ, ਉਹ ਵੀਡੀਓ ਵੀ ਬੜੀ ਜ਼ੋਰ ਸ਼ੋਰ ਨਾਲ ਚੱਲੀ ਹੈ। ਲੋਕ ਸਾਰੇ ਹੀ ਕਹਿੰਦੇ ਅਸੀਂ ਕਰਾਇਆ, ਲੇਕਿਨ ਲੋਕਾਂ ਨੂੰ ਸਾਰੀ ਦੁਨੀਆ ਨੂੰ ਪਤਾ ਹੈਗਾ ਕਿ ਜ਼ਮੀਨੀ ਹਕੀਕਤ ਲੜਾਈ ਕੌਣ ਲੜਦੇ ਆ। ਅਸੀਂ ਕੋਰਟ 'ਚ ਜਾਂਦੇ ਹਾਂ ਜਦੋਂ ਸਾਨੂੰ ਲੋੜ ਹੁੰਦੀ ਹੈ, ਅਸੀਂ ਪ੍ਰਧਾਨ ਸਾਹਿਬ ਨੂੰ, ਸੈਕਟਰੀ ਸਾਹਿਬ ਨੂੰ ਔਰ ਕੋਈ ਮੈਂਬਰਾਂ ਨੂੰ ਕੋਈ ਹੋਰ ਚੀਜ਼ ਦੀ ਲੋੜ ਪੈ ਤਾਂ ਅਸੀਂ ਸਾਰੇ ਕਰਦੇ ਹਾਂ। ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਵਕੀਲਾਂ ਦੀ ਫੀਸਾਂ ਦਾ ਖਰਚਾ ਉਹ ਚੁੱਕਦੀ ਹੈ, ਪਹਿਲੇ ਕੋਈ ਨਹੀਂ ਲੈਂਦਾ ਸੀਗਾ। ਸੱਜਣ ਕੁਮਾਰ ਦੇ ਖਿਲਾਫ਼ ਜਿਹੜੇ CBI ਦੇ ਟੌਪ ਲਾਇਰ ਅਸੀਂ ਕੀਤੇ, ਉਹ ਤਾਂ ਜਾ ਕੇ ਸੱਜਣ ਕੁਮਾਰ ਜੇਲ੍ਹ ਗਿਆ, ਤੁਸੀਂ ਹੈਰਾਨ ਹੋ ਗਏ ਸੁਣ ਕੇ। ਜਦੋਂ ਤੁਸੀਂ ਗੱਲ ਕੀਤੀ ਕਿ 2013 ਤੋਂ ਬਾਅਦ ਕਮੇਟੀ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਂਹ ਫੜੀ ਹੈ, ਵਕੀਲਾਂ ਦੀ ਫੀਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵਕੀਲਾਂ ਦਾ ਪੈਨਲ ਉਹਨਾਂ ਨੇ ਤਿਆਰ ਕਰਿਆ। 2013 ਤੋਂ ਪਹਿਲਾਂ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਵਿੱਚ ਸਿੱਖ ਹੀ ਮੌਜੂਦ ਸੀ, ਸਰਦਾਰ ਪਰਮਜੀਤ ਸਿੰਘ ਸਰਨਾ ਸੀ, ਕਾਫੀ ਲੰਬਾ ਸਮਾਂ ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਸੇਵਾ ਦਿੱਤੀ ਹੈ, ਉਹਨਾਂ ਨੇ ਉਸ ਟਾਈਮ ਤੁਹਾਡੀ ਬਾਂਹ ਨਹੀਂ ਫੜੀ? ਨਹੀਂ, ਉਹਨਾਂ ਨੇ ਕੋਈ ਟੀਮ ਨਹੀਂ ਬਣਾਈ, ਦਿੱਲੀ ਕਮੇਟੀ ਦਾ ਕੋਈ ਵਕੀਲ ਨਹੀਂ ਸੀਗਾ ਔਰ ਕੋਰਟ 'ਚ ਸਟੇਟ ਵਰਸਿਸ ਜਿਹੜੇ CBI ਵਰਸਿਸ ਜਾਂ ਸਟੇਟ ਵਰਸਿਸ ਕੇਸ ਸੀ ਉਹ ਸਰਕਾਰ ਦੇ ਵਕੀਲ ਸੀ, ਸਰਕਾਰ ਉਹਨਾਂ ਦੀ ਸੀਗੀ, ਨਿਆਂ ਕਿੱਥੋਂ ਮਿਲਣਾ ਸੀਗਾ? ਮਾਰਨ ਵਾਲੇ ਵੀ ਹੋਈ, ਬਚਾਉਣ ਵਾਲੇ ਵੀ ਹੋਈ, ਉਹਨਾਂ ਨੂੰ ਕਿੱਥੋਂ ਨਿਆਂ ਮਿਲਣਾ ਸੀਗਾ? ਵਕੀਲ ਸਾਡਾ ਕੋਈ ਹੈ ਨਹੀਂ ਸੀ। ਅਸੀਂ ਇਹ 13 ਤੋਂ ਬਾਅਦ ਆ ਕੇ
ਅਸੀਂ ਵਕੀ ਵਿਕਟਮ ਦੇ ਸਾਈਨ ਕਰਾ ਕੇ ਵਕਾਲਤ ਨਾਮੇ 'ਤੇ, ਕਿਉਂਕਿ ਸਾਰੇ ਕੇਸ ਸਟੇਟ ਵਰਸਿਸ ਨੇ, ਅਸੀਂ ਲੋਕ ਇੰਡੀਵਿਜੁਅਲ ਲੜ ਹੀ ਨਹੀਂ ਸਕਦੇ, ਅਸੀਂ ਸਟੇਟ ਵਰਸਿਸ ਨੂੰ ਅਸੀਂ ਵਿਕਟਮ ਦਾ ਵਕਾਲਤਨਾਮਾ ਸਾਈਨ ਕਰਾ ਕੇ ਦਿੱਲੀ ਕਮੇਟੀ ਦੇ ਵਕੀਲ ਉੱਥੇ ਪੇਸ਼ ਹੁੰਦੇ ਨੇ, ਔਰ ਉੱਥੇ ਸਾਡਾ ਜਿਹੜਾ ਵਕੀਲ ਹੈਗਾ ਉੱਥੇ ਕੇਸ ਨੂੰ ਚੁੱਕਦਾ ਹੈਗਾ, ਔਰ CBI ਦੇ ਵਕੀਲ ਵੀ ਹੁੰਦੇ ਨੇ, ਉਹਨਾਂ ਦੇ ਵਕੀਲ ਵੀ ਬੜੇ ਟੋਪ ਦੇ, ਸਲਮਾਨ ਦੀ ਬੇਲ ਦੀ, ਸੱਜਣ ਕੁਮਾਰ ਦੀ ਬੇਲ ਵਾਸਤੇ ਸਲਮਾਨ ਖਾਨ, ਕਪਿਲ ਸਿੱਬਲ, ਔਰ ਸਾਊਥ ਇੰਡੀਅਨ ਦਾ ਜਿਹੜਾ ਹੈਗਾ ਇੱਕ ਸੀਨੀਅਰ ਕ੍ਰਿਮੀਨਲ ਲਾਇਰ ਉੱਥੇ ਖੜਾ ਹੁੰਦਾ, ਇੱਕ ਇੱਕ ਦਿਨ ਦੀ 15-15 ਲੱਖ ਰੁਪਏ ਉਹ ਫੀਸ ਲੈਂਦਾ ਹੈਗਾ, ਉਹ ਉਹਨੂੰ ਕੇਸ ਕਰਦਾ। ਅਸੀਂ ਜਦੋਂ ਸਾਨੂੰ ਪਤਾ ਲੱਗਾ ਕਿ ਇਹਨਾਂ ਦੇ ਇੰਨੇ ਵੱਡੇ ਹਾਇਰ ਵਕੀਲ ਕੀਤੇ ਨੇ, ਤਾਂ ਅਸੀਂ CBI ਨੂੰ ਅਪੀਲ ਕੀਤੀ ਕਿ ਤੁਸੀਂ ਵੀ ਬਹੁਤ ਵੱਡਾ ਵਕੀਲ ਸਾਨੂੰ ਖੜਾ ਕਰਕੇ ਦਿਓ। ਉਹਨਾਂ ਨੇ ਸੋਲੀਸੀਟਰ ਜਨਰਲ ਜਿਹੜਾ ਹੈਗਾ ਦਿੱਲੀ ਦਾ, ਗੌਰਮੈਂਟ ਆਫ ਇੰਡੀਆ ਦਾ ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੂੰ ਸੱਜਣ ਕੁਮਾਰ ਦੇ ਖਿਲਾਫ਼ ਖੜਾ ਕੀਤਾ ਗਿਆ। ਸੱਜਣ ਕੁਮਾਰ ਨੂੰ 5 ਵਾਰੀ ਬੇਲ ਉਹਨਾਂ ਨੇ ਰਿਜੈਕਟ ਕਰਾਈ ਹੈ। ਜੇ ਅਸੀਂ ਲੋਕ ਉੱਥੇ ਵਕੀਲ ਵਧੀਆ ਨਾ ਖੜੇ ਹੁੰਦੇ ਤਾਂ ਕਦੋਂ ਦਾ ਇਹ ਬਾਹਰ ਸੀ, ਕਦੋਂ ਦਾ ਇਹਨਾਂ ਨੂੰ ਸਜ਼ਾ ਹੀ ਨਹੀਂ ਹੋਣੀ ਸੀ ਕਿ ਹਾਈ ਕੋਰਟ ਵਿੱਚ ਇਹਨੂੰ ਸਜ਼ਾ ਹੋਣੀ ਹੈ, ਸੈਸ਼ਨ ਕੋਰਟ 'ਚ ਬਰੀ ਹੁੰਦਾ ਹੈਗਾ। ਜਿਹੜਾ ਹੁਣ ਉੱਥੇ ਜਿਹੜਾ ਗਵਾਹੀ ਹੁੰਦੀ ਹੈ ਉਹ ਬਿਲਕੁਲ ਗਵਾਹੀ ਵੀਡੀਓਗ੍ਰਾਫਿੰਗ ਹੁੰਦੀ ਹੈਗੀ, ਉਹਦੀ ਪੂਰੀ ਵੀਡੀਓ ਰਿਕਾਰਡਿੰਗ ਹੁੰਦੀ ਹੈਗੀ ਹੈ, ਔਰ ਕੋਈ ਵੀ ਆਦਮੀ ਗਵਾਹ ਇਹ ਨਹੀਂ ਕਹਿ ਸਕਦਾ, ਕੋਈ ਵੀ ਜੱਜ ਇਹ ਨਹੀਂ ਕਹਿ ਸਕਦਾ ਕਿ ਇਸਨੇ ਇਹਦਾ ਨਾਂ ਨਹੀਂ ਲਿਆ, ਉਹਦੀ ਸਾਰੀ ਗਵਾਹੀ ਟੋਕ ਵਜਾ ਕੇ ਹੁੰਦੀ ਹੈਗੀ, ਵੀਡੀਓਗ੍ਰਾਫਿੰਗ ਨਾਲ ਹੁੰਦੀ ਹੈ। ਦਿੱਲੀ ਕਮੇਟੀ ਦੇ ਘੱਟ ਤੋਂ ਘੱਟ 10 ਵਕੀਲ ਉੱਥੇ ਖੜ੍ਹੇ ਹੁੰਦੇ ਨੇ, ਔਰ ਪੈਨ ਲੈ ਕੇ ਕੰਮ ਕਰੇ। ਉਸ ਟਾਈਮ ਸਾਡੀ ਕਮੇਟੀ ਹੋਣ ਦੇ ਬਾਅਦ ਸਿੱਖਾਂ ਦੀ ਹੈ, ਤੁਹਾਡੀ ਗੱਲ ਠੀਕ ਹੈ, ਸਾਰਿਆਂ ਨੂੰ ਕੰਮ ਕਰਨਾ ਚਾਹੀਦਾ, ਉਹਨਾਂ ਨੇ ਨਹੀਂ ਦਿੱਤਾ, ਉਹਨਾਂ ਨੇ ਦਿਲਚਸਪੀ ਨਹੀਂ ਦਿਖਾਈ ਇਸ ਕੰਮ ਦੇ ਉੱਤੇ, ਔਰ ਤਾਂ ਔਰ ਵਿਧਵਾਵਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਪੈਨਸ਼ਨ ਵੀ ਇਹਨਾਂ ਨੇ ਬੰਦ ਕਰਤੀ ਆ ਕੇ। ਅਸੀਂ 13 ਵਿੱਚ ਆ ਕੇ ਪੈਨਸ਼ਨ ਲਗਾਈ ਹੈ, ਔਰ ਬੱਚਿਆਂ ਦੀ ਫੀਸਾਂ ਮਾਫ਼ ਕੀਤੀਆਂ ਨੇ, ਬੱਚਿਆਂ ਦੇ ਨੌਕਰੀ ਵਾਸਤੇ ਹਾਈ ਕੋਰਟ ਗਏ ਹਾਂ, ਉਹ ਕੇਸ ਦਿੱਤੇ ਹਾਂ, ਨੌਕਰੀਆਂ ਇਹਨਾਂ ਨੂੰ ਇੱਕ ਇੱਕ ਪਰਿਵਾਰ ਵਾਸਤੇ, ਜਦੋਂ ਤੱਕ ਨਹੀਂ ਲੱਗੇਗੀ ਤਾਂ ਤੱਕ ਸਾਡੀ ਲੜਾਈ ਜਾਰੀ ਰਹੇਗੀ, ਮਿਲੇਗੀ ਇਹਨਾਂ ਨੂੰ ਨੌਕਰੀ ਦੇਣੀ ਪੈਣੀ ਹੈ। ਚੀਫ ਜਸਟਿਸ ਹਾਈ ਕੋਰਟ ਦਾ ਆਰਡਰ ਹੈਗਾ, ਡਬਲ ਬੈਂਚ ਦਾ, ਇਹਨੂੰ ਕੌਣ ਰੋਕ ਸਕਦਾ, ਕੋਈ ਵੀ ਨਹੀਂ ਰੋਕ ਸਕਦਾ। ਸਜ਼ਾ ਦੀ ਜੇਕਰ ਗੱਲ ਕਰੀਏ, ਸੱਜਣ ਕੁਮਾਰ ਲਗਭਗ 2 ਸਾਲ ਹੋ ਚੁੱਕੇ ਨੇ, ਕਦੀ ਬਿਮਾਰੀ ਦਾ ਬਹਾਨਾ ਬਣਾਉਣਾ, ਹੁਣ ਕੋਵਿਡ ਦਾ ਬਹਾਨਾ ਬਣਾਉਣਾ, ਕਿਸੇ ਨਾ ਕਿਸੇ ਤਰੀਕੇ ਬੇਲ ਜਿਹੜੀ ਆ ਮੰਗਣ ਦੀ ਕੋਸ਼ਿਸ਼ ਕਰਦਾ ਲੇਕਿਨ ਰਿਜੈਕਟ ਹੋ ਜਾਂਦੀ ਹੈ। ਪਰ ਕਮਲਨਾਥ ਦੀ ਜੇਕਰ ਗੱਲ ਕਰੀਏ, ਵਜ਼ੀਰੀ ਆ ਉਹਦੇ ਕੋਲ ਅੱਜ ਵੀ ਬੈਠਾ, ਬਾਹਰ ਖੁੱਲ੍ਹੇਆਮ ਲੜਾਈ ਲਗਭਗ 35-36 ਸਾਲ ਚੱਲਦੀ ਰਹੀ ਹੈ, ਬਾਅਦ ਵਿੱਚ ਹੁਣ ਸੱਜਣ ਕੁਮਾਰ ਅਤੇ ਅੰਦਰ ਹੋਇਆ, ਹੁਣ ਕਮਲਨਾਥ ਦੀ ਵਾਰੀ ਕਦੋਂ? ਦੇਖੋ ਜੀ, ਪਿਛਲੇ ਸਾਲ ਅਸੀਂ, ਮੈਂ ਪ੍ਰਧਾਨ ਸਾਹਿਬ ਦੇ ਨਾਲ, ਕੁਲਵੰਤ ਬਾਠ ਔਰ ਚੰਡੋਕ ਸਾਹਿਬ ਕਾਲੋਂ ਜੀ, ਅਸੀਂ 5 ਮੈਂਬਰਾਂ ਦੀ ਟੀਮ ਅਸੀਂ SIT ਨੂੰ ਮਿਲੇ ਸੀਗੇ, ਔਰ ਸਾਡੇ ਨਾਲ ਜਿਹੜਾ ਮੁੱਖ ਗਵਾਹ ਸੀ ਮੁਖਤਿਆਰ ਸਿੰਘ ਵੀ ਸੀਗਾ, ਉਹਦਾ ਐਫੀਡੇਵਿਟ ਵੀ ਸੀਗਾ, ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਕਵਰਿੰਗ ਲੈਟਰ ਵੀ ਸੀ, ਉਹ ਅਸੀਂ SIT ਦੇ ਚੇਅਰਮੈਨ ਨੂੰ ਦੇ ਕੇ ਆਏ। ਉਹਨੇ ਕਿਹਾ ਸੀ ਅਸੀਂ ਬਹੁਤ ਜਲਦ ਬੁਲਾਵਾਂਗੇ, ਲੇਕਿਨ ਇਹ ਕੋਵਿਡ ਆਉਣ ਕਰਕੇ ਹਾਲੇ ਤੱਕ ਉਹਨਾਂ ਨੇ ਨਹੀਂ ਬੁਲਾਇਆ, ਲੇਕਿਨ ਸਾਡੀ ਉਸ ਦੇ ਖਿਲਾਫ਼ ਵੀ ਬਿਲਕੁਲ ਲੜਾਈ ਜਾਰੀ ਹੈ। ਗਵਾਹ ਜਿਹੜੇ ਨੇ ਉਹਨਾਂ ਨੂੰ, ਗਵਾਹਾਂ ਨੂੰ ਪੂਰੀ ਤਰ੍ਹਾਂ ਦੀ ਸਿਕਿਉਰਿਟੀ ਦਾ ਦਿੱਲੀ ਕਮੇਟੀ ਨੇ ਭਰੋਸਾ ਦਿੱਤਾ ਹੋਇਆ, ਹਰ ਤਰ੍ਹਾਂ ਦੀ ਮਦਦ ਦਾ ਵੀ ਪੂਰਾ ਭਰੋਸਾ ਦਿੱਤਾ ਹੋਇਆ ਦਿੱਲੀ ਕਮੇਟੀ। ਬਿਲਕੁਲ ਦਿੱਲੀ ਕਮੇਟੀ ਜਿਹੜੀ ਹੈ ਉਹਨਾਂ ਗਵਾਹਾਂ ਨੂੰ ਪਿੱਠ ਨਹੀਂ ਦਿਖਾਏਗੀ, ਇਨਸਾਫ਼ ਵਾਸਤੇ ਹਰ ਤਰ੍ਹਾਂ ਦੀ ਉਹਨਾਂ ਦੀ ਮਦਦ ਕਰਦੀ ਹੈ ਜੀ। ਹੁਣ ਹਰ ਸਾਲ ਦੇਖੋ ਯਾਦ ਕੀਤਾ ਜਾਂਦਾ ਉਸ ਦੁਖਾਂਤ ਨੂੰ, ਅਤੇ ਕੀਰਤਨ ਦਰਬਾਰ ਵੀ ਰੱਖੇ ਜਾਂਦੇ ਨੇ, ਹੁਣ ਸੱਚ ਕੀ ਦੀਵਾਰ ਵੀ ਜਿਹੜੀ ਹੈ ਦਿੱਲੀ ਕਮੇਟੀ ਵੱਲੋਂ ਬਣਾਈ ਗਈ ਹੈ, ਅੱਗੇ ਕੁਛ ਪ੍ਰੋਗਰਾਮ ਲਿਖੇ ਗਏ ਨੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ? ਬਿਲਕੁਲ, ਅਸੀਂ 30 ਤਰੀਕ ਨੂੰ ਬੰਗਲਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਗਿਆ, ਕੱਲ੍ਹ ਉਹਦਾ ਭੋਗ ਬੰਗਲਾ ਸਾਹਿਬ ਪੈਣਾ ਹੈ, ਉਸ ਤੋਂ ਬਾਅਦ ਸ਼ਾਮ ਨੂੰ ਅਸੀਂ ਕੈਂਡਲ ਮਾਰਚ ਵੀ ਰੱਖਿਆ ਹੈਗਾ, ਔਰ ਸੱਚ ਦੀ ਦੀਵਾਰ 'ਤੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ, ਸਾਰੇ ਉੱਥੇ ਕਾਫੀ ਲੋਕ ਜਾਣਗੇ ਦਿੱਲੀ ਕਮੇਟੀ ਵੱਲੋਂ ਇਹ ਪ੍ਰੋਗਰਾਮ ਹੈ। ਫਿਲਹਾਲ ਤਾਂ ਕੋਵਿਡ ਕਰਕੇ ਜ਼ਿਆਦਾ ਪ੍ਰੋਗਰਾਮ ਨਹੀਂ ਉਡੀਕ ਪਾਏ ਹਾਂ, ਲੇਕਿਨ ਫਿਰ ਵੀ ਇਹ ਕਰ ਰਹੇ ਹਾਂ ਆਪਾਂ, ਔਰ ਅਗਲੇ ਜਿਹੜੇ ਨੇ ਜਿਹੜੇ ਵਿਟਨੈਸ ਨੇ ਉਹਨਾਂ ਨੂੰ ਸਪੈਸ਼ਲ ਤੌਰ 'ਤੇ ਬੁਲਾ ਕੇ ਮੀਡੀਆ ਦੇ ਸਾਹਮਣੇ, ਤੁਹਾਡੇ ਸਾਹਮਣੇ ਸਾਰੇ ਗਵਾਹ ਜਿਹੜੇ ਨੇ, ਟਾਈਟਲਰ ਦੇ ਖਿਲਾਫ਼, ਸੱਜਣ ਕੁਮਾਰ ਦੇ ਖਿਲਾਫ਼ ਔਰ ਕਮਲਨਾਥ ਖਿਲਾਫ਼ ਸਾਰੇ ਬੁਲਾ ਕੇ ਤੁਹਾਨੂੰ ਇੱਕ ਇੱਕ ਵਾਰੀ ਨਾਲ ਉਹਨਾਂ ਨੂੰ ਪਰਿਚਿਤ ਵੀ ਕਰਾਵਾਂਗੇ, ਔਰ ਸਾਰੀ ਕੌਮ ਨੂੰ ਅਸੀਂ ਜਾਣਕਾਰੀ ਦੇਵਾਂਗੇ ਕਿ ਇਹ ਸਾਡੇ ਕੌਮ ਦੀ ਅਮਾਨਤ ਨੇ, ਇਹਨਾਂ ਦਾ ਹਰ ਸਿੱਖ ਦਾ ਫਰਜ਼ ਬਣਦਾ ਹੈਗਾ ਉਹਨਾਂ ਦੀ ਮਦਦ ਕਰਨਾ, ਉਹਨਾਂ ਦਾ ਧਿਆਨ ਰੱਖਣਾ, ਅਤੇ ਅਸੀਂ ਉਹਨਾਂ ਨੂੰ ਉੱਥੇ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਵੀ ਕਰਨ ਜਾ ਰਹੇ ਹਾਂ। ਧੰਨਵਾਦ ਆਤਮਾ ਸਿੰਘ ਲਵਾਣਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਤੁਸੀਂ ਗੱਲਬਾਤ ਦੇਖ ਰਹੇ ਸੀ, ਸੁਣ ਰਹੇ ਸੀ ਸਾਰਾ ਦਰਦ ਦੁਖਾਂਤ ਜਿਹੜਾ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਵਾਪਰਿਆ, ਮੁੱਠੀ ਭਰ ਚੰਦ ਸਿਰਫਿਰੇ ਲੋਕਾਂ ਨੇ ਜਿਹੜਾ ਸਿੱਖਾਂ ਦਾ ਘਾਣ ਕੀਤਾ ਦਿੱਲੀ ਦੇ ਵਿੱਚ ਸਰਕਾਰ ਦੀ ਸ਼ਹਿ ਦੇ ਉੱਤੇ, ਇੱਕ ਇੰਦਰਾ ਗਾਂਧੀ ਦੀ ਮੌਤ ਦੇ ਉੱਤੇ।
ਕਾਫੀ ਸਿੱਖਾਂ ਨੂੰ ਜਿਹੜਾ ਇਸਦਾ ਨੁਕਸਾਨ ਭੋਗਣਾ ਪਿਆ। ਆਤਮ ਸਿੰਘ ਲੁਬਾਣਾ ਜੀ ਸਾਰਾ ਦੱਸ ਰਹੇ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸ ਤਰ੍ਹਾਂ ਲਗਾਤਾਰ ਕਾਫੀ ਸਾਲਾਂ ਤੋਂ ਜਿਹੜੀ ਲੜਾਈ ਲੜੀ ਹੈ, ਜਿਸ ਤੋਂ ਬਾਅਦ ਸੱਜਣ ਕੁਮਾਰ ਰਾਜਿੰਦਰ ਹੈ, ਕਮਲਨਾਥ ਦੀ ਵਾਰੀ ਜਿਹੜੀ ਹੈ ਉਹ ਨੇੜੇ ਹੀ ਹੈ। ਮਾਤਾ ਜੀ ਵੀ ਸਾਨੂੰ ਸਾਰਾ ਦੁਖਾਂਤ ਦੱਸ ਰਹੇ ਸਨ ਕਿ ਕਿਸ ਤਰ੍ਹਾਂ ਇਹਨਾਂ ਦੇ ਪਰਿਵਾਰ ਦੇ ਕਾਫੀ ਜੀਅ ਜਿਹੜੇ ਆ ਮੌਤ ਦੇ ਘਾਟ ਉਤਾਰ ਦਿੱਤੇ ਗਏ ਕੁਝ ਸਿਰਫਿਰੇ ਲੋਕਾਂ ਵੱਲੋਂ। ਇੱਕ ਤਾਂ ਅੰਦਰ ਹੋ ਚੁੱਕਿਆ, ਹੁਣ ਕਮਲਨਾਥ ਜਿਹੜਾ ਵਜ਼ੀਰੀ 'ਤੇ ਬੈਠਾ ਉਹਦੀ ਵਾਰੀ ਜਿਹੜੀ ਆ ਜਲਦੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਤਮਾ ਸਿੰਘ ਲੁਬਾਣਾ ਜਿਹੜੇ ਸਾਰੇ ਕਾਤਲਾਂ ਦੇ ਜੋ ਗਵਾਹ ਹੈਗੇ ਨੇ ਉਹਨਾਂ ਦੇ ਨਾਲ ਮਿਲ ਕੇ ਲੜਾਈ ਲੜਨ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਨੇ। 36 ਸਾਲ ਹੋ ਚੁੱਕੇ ਨੇ ਲੇਕਿਨ ਹਜੇ ਤੱਕ ਇਨਸਾਫ ਜਿਹੜਾ ਹੈ ਪੂਰਨ ਤੌਰ ਦੇ ਉੱਤੇ ਸਿੱਖਾਂ ਨੂੰ ਨਹੀਂ ਮਿਲਿਆ। ਅੱਗੇ ਇਹ ਲੜਾਈ ਕਿੰਨੇ ਸਾਲ ਤੱਕ ਲੰਬੀ ਚੱਲਣੀ ਹੈ, ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਪੂਰਨ ਤੌਰ ਦੇ ਉੱਤੇ ਇਨਸਾਫ ਜਿਹੜਾ ਹੈ ਉਹ ਸਿੱਖਾਂ ਨੂੰ ਕਦ ਮਿਲੇਗਾ। ਕੈਮਰਾ ਪਰਸਨ ਕਰਨਜੀਤ ਸਿੰਘ ਦੇ ਨਾਲ D5 ਚੈਨਲ ਪੰਜਾਬੀ ਦਿੱਲੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।